ਸਤਿ ਸ੍ਰੀ ਅਕਾਲ ਦੋਸਤੋ, ਆਪ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਕਲਾਸ ਵਿੱਚ। ਦੋਸਤੋ, ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 10ਵੀਂ ਕਲਾਸ ਵਿੱਚੋਂ ਇੰਗਲਿਸ਼ ਦਾ ਪੇਪਰ। ਜੀ ਹਾਂ, ਜੋ ਨਵਾਂ ਪੈਟਰਨ ਹੈ ਉਸੇ ਦੇ ਆਧਾਰ ਤੇ ਪੇਪਰ ਹੈ। ਆਓ ਤੁਹਾਨੂੰ ਦੱਸਦੇ ਹਾਂ ਵੀ ਇਸ ਵਾਰੀ ਸਪਤੰਬਰ ਦੇ ਵਿੱਚ ਪੇਪਰਾਂ ਦਾ ਪੈਟਰਨ ਚੇਂਜ ਕੀਤਾ ਗਿਆ ਸੀ। ਸੋ ਉਤੇ ਉਸੇ ਆਧਾਰ ਦੇ ਉੱਤੇ ਹੁਣ 10ਵੀਂ ਦਾ ਇੰਗਲਿਸ਼ ਦਾ ਪੇਪਰ ਜੋ ਆਇਆ ਹੈ, ਆਓ ਤੁਹਾਨੂੰ ਉਸ ਬਾਰੇ ਦੱਸਦੇ ਹਾਂ। ਦੋਸਤੋ, ਸਭ ਤੋਂ ਪਹਿਲਾਂ ਤੁਹਾਡੇ ਜਿਹੜਾ ਕੁਐਸਚਨ ਪੇਪਰ ਹੈ 35 ਨੰਬਰਾਂ ਦਾ ਹੋਵੇਗਾ। ਇਸ ਵਿੱਚ ਕੁੱਲ 35 ਹੀ ਪ੍ਰਸ਼ਨ ਹੋਣਗੇ। ਹਰ ਇੱਕ ਪ੍ਰਸ਼ਨ ਦੇ ਉੱਤਰ ਦਾ ਇੱਕ ਨੰਬਰ ਤੁਹਾਨੂੰ ਦਿੱਤਾ ਜਾਵੇਗਾ। ਸੋ ਕੁਝ ਇਸ ਤਰ੍ਹਾਂ ਹੋਏਗਾ, ਸਾਰ ਨੂੰ ਪਹਿਲਾਂ ਤਾਂ ਤੁਹਾਨੂੰ ਪੈਸੇ ਜਾਏਗਾ, ਇਸੇ ਤਰ੍ਹਾਂ ਉਸ ਪੈਸੇ ਦੇ ਵਿੱਚੋਂ 5 ਪ੍ਰਸ਼ਨ ਪੁੱਛੇ ਗਏ ਆਉਣਗੇ, ਪੜ੍ਹ ਕੇ ਤੁਸੀਂ ਆਂਸਰ ਦੇਣਾ ਹੈ ਤੇ ਕੁੱਲ 3 ਪੈਸੇ ਜਾਣਗੇ ਤੁਹਾਨੂੰ। ਠੀਕ ਹੈ ਜੀ, ਇਹ ਤੁਹਾਡਾ ਪਹਿਲੇ ਨੰਬਰ ਦਾ, ਜਿਸ ਵਿੱਚ ਤੁਹਾਨੂੰ 1 ਤੋਂ ਲੈ ਕੇ 5 ਤੱਕ ਪ੍ਰਸ਼ਨ ਪੁੱਛੇ ਗਏ ਹਨ। ਫਿਰ ਹੈ ਦੂਸਰਾ ਪੈਸੇ, ਜਿਸ ਵਿੱਚ 6 ਤੋਂ ਲੈ ਕੇ 10 ਨੰਬਰਾਂ ਤੱਕ ਪ੍ਰਸ਼ਨ ਪੁੱਛੇ ਗਏ ਹਨ। ਫਿਰ ਹੈ ਪੈਸੇਜ ਨੰਬਰ 3, ਜਿਸ ਵਿੱਚ 11 ਤੋਂ 15 ਦੇ ਤੁਹਾਨੂੰ ਪ੍ਰਸ਼ਨ ਪੁੱਛੇ ਗਏ ਹਨ। ਪੈਸੇਜ ਨੂੰ ਪੜ੍ਹਨਾ ਹੈ, ਹੇਠਾਂ ਪ੍ਰਸ਼ਨ ਦਿੱਤਾ ਹੈ, 4 ਆਪਸ਼ਨਾਂ, ਸਾਰੇ MCQ ਆਧਾਰਿਤ ਹੋਣਗੇ, ਯਾਨੀ ਕਿ ਮਲਟੀਪਲ ਚੋਇਸ ਕੁਐਸਚਨ, ਹਰ ਇੱਕ ਦੇ ਨੀਚੇ 4-4 ਆਪਸ਼ਨਾਂ ਦਿੱਤੀਆਂ ਗਈਆਂ ਹੋਣਗੀਆਂ। ਫਿਰ ਤੁਹਾਨੂੰ ਆਵੇਗਾ ਇੱਕ ਡਾਟਾ ਚਾਰਟ, ਇਸ ਵਿੱਚ ਇੱਕ ਡਾਟਾ ਦਿੱਤਾ ਗਿਆ ਹੈ, ਉਸੇ ਡਾਟੇ ਦੇ ਵਿੱਚੋਂ ਵੀ ਤੁਹਾਨੂੰ ਪ੍ਰਸ਼ਨ ਪੁੱਛੇ ਗਏ ਹਨ 5। ਫਿਰ ਹੈ ਤੁਹਾਡਾ ਪਾਈ ਚਾਰਟ, ਇਸ ਪਾਈ ਚਾਰਟ ਦੇ ਵਿੱਚੋਂ ਹੀ 5 ਪ੍ਰਸ਼ਨ ਪੁੱਛੇ ਗਏ ਹਨ। ਫਿਰ ਹੈ ਤੁਹਾਡਾ ਪੋਇਮ, ਪੋਇਮ ਦਿੱਤੀ ਗਈ ਹੈ, ਪੋਇਮ ਦੇ ਵਿੱਚੋਂ ਵੀ ਪ੍ਰਸ਼ਨ ਪੁੱਛੇ ਗਏ ਹਨ। ਤੇ ਅੰਤ ਵਿੱਚ ਤੁਹਾਨੂੰ ਪੁੱਛੇ ਜਾਣਗੇ ਬਾਰਗ੍ਰਾਫ ਦੇ ਵਿੱਚੋਂ। ਇਹ ਬਾਰਗ੍ਰਾਫ ਤੁਸੀਂ ਦੇਖ ਰਹੇ ਹੋ, ਇਸ ਦੇ ਵਿੱਚੋਂ ਤੁਹਾਨੂੰ 5 ਪ੍ਰਸ਼ਨ ਪੁੱਛੇ ਜਾਣਗੇ। ਸੋ ਦੋਸਤੋ, ਇਹ ਹੈ ਤੁਹਾਡੇ ਪੇਪਰ ਦਾ ਪੈਟਰਨ। ਆਓ ਦੋਸਤੋ, ਹੁਣ ਤੁਹਾਨੂੰ ਇਹ ਸਾਰੇ ਪੇਪਰ ਨੂੰ ਸੋਲਵ ਕਰਕੇ ਦੱਸਦੇ ਹਾਂ। ਜੀ ਹਾਂ ਦੋਸਤੋ, ਅਸੀਂ ਇਸ ਪੇਪਰ ਨੂੰ ਪੂਰੀ ਤਰ੍ਹਾਂ ਸੋਲਵ ਕਰਕੇ ਦੱਸਾਂਗੇ। ਪਿਛਲੀ ਵਾਰੀ ਇੱਕ ਪੇਪਰ ਪਾਇਆ ਸੀਗਾ 8ਵੀਂ ਕਲਾਸ ਦਾ, ਤੇ ਵਿਦਿਆਰਥੀਆਂ ਨੇ ਕਿਹਾ ਸੀ ਸਰ ਸਾਨੂੰ ਸੋਲਵ ਕਰਕੇ ਦੱਸੋ। ਸੋ ਇਸ ਵਾਰੀ ਹੁਣ ਤੁਹਾਨੂੰ ਇਸ ਪੇਪਰ ਨੂੰ ਪੂਰੀ ਦਾ ਪੂਰਾ ਸੋਲਵ ਕਰਕੇ ਦੱਸਾਂਗੇ। ਦੋਸਤੋ, ਮੈਂ ਪੈਸੇਜ ਨਹੀਂ ਪੜਾਂਗਾ, ਕਿਉਂਕਿ ਜੇ ਮੈਂ ਪੈਸੇਜ ਪੜਨ ਲੱਗ ਪਿਆ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ। ਸੋ ਪੈਸੇਜ ਤੁਸੀਂ ਪੜ ਲੈਣਾ, ਠੀਕ ਹੈ ਜੀ। ਸੋ ਮੈਂ ਤੁਹਾਨੂੰ ਇਹ ਕੁਐਸਚਨ ਤੇ ਆਨਸਰ ਦੱਸਦਾ ਹਾਂ, ਬਾਅਦ ਵਿੱਚੋਂ ਤੁਸੀਂ ਇਸ ਵੀਡੀਓ ਨੂੰ ਪੌਜ਼ ਕਰਕੇ ਜਾਂ ਇਸਦਾ ਸਕਰੀਨਸ਼ਾਟ ਲੈ ਕੇ ਤੁਸੀਂ ਪੈਸੇਜ ਨੂੰ ਪੜ ਲੈਣਾ, ਠੀਕ ਹੈ ਜੀ। ਸਭ ਤੋਂ ਪਹਿਲਾ ਕੁਐਸਚਨ, ਵਿਚ ਆਰ ਦਾ ਲਾਰਜੈਸਟ ਲਿਵਿੰਗ ਥਿੰਗ ਔਨ ਦਾ ਅਰਥ। ਸਾਡੀ ਨਾ ਉੱਚੋ 4 ਆਪਸ਼ਨ ਨੇ, ਏ ਸ਼ਰਬਸ, ਬੀ ਟਰੀਜ਼, ਸੀ ਬੁਸ਼ਿਸ, ਡੀ ਐਨੀਮਲਸ। ਸੋ ਇਸ ਦਾ ਜਵਾਬ ਹੈ ਬੀ, ਟ੍ਰੀ। ਵਿਚ ਕਾਇੰਡ ਆਫ ਟਾਲੈਸਟ ਟ੍ਰੀ ਹੈਵ ਗਰੋਨ ਟੂ ਵੈਲ ਓਵਰ 330 ਫੀਟ, 330 ਫੁੱਟ ਤੱਕ ਕਿਹੜਾ ਦਰਖਤ ਲੰਬਾ ਹੋ ਜਾਂਦਾ ਹੈ। ਸੋ ਇਸ ਦਾ ਆਨਸਰ ਹੈ ਸੀ, ਮਾਊਂਟੇਨ ਐਸ਼ਿਸ। ਕੁਐਸਚਨ ਨੰਬਰ 3, ਵਟ ਇਜ਼ ਫੋਟੋ ਸਿੰਥੇਸਿਸ। ਸੋ ਫੋਟੋ ਸਿੰਥੇਸਿਸ ਕੀ ਹੈ? ਇਸ ਦਾ ਆਨਸਰ ਹੈ ਏ, ਪ੍ਰੋਸੈਸ ਆਫ ਬਿਲਡਿੰਗ ਫੂਡ। ਕੁਐਸਚਨ ਨੰਬਰ 4, ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਇੱਕ ਨਵੀਂ ਐਪ ਦੇ ਬਾਰੇ ਜੋ ਸਟੂਡੈਂਟ ਵਿੱਚ ਕਾਫੀ ਜ਼ਿਆਦਾ ਪਾਪੂਲਰ ਹੋ ਰਹੀ ਹੈ। ਚਾਹੇ ਕੋਈ ਕੁਐਸਚਨ ਹੋਵੇ, ਡਾਊਟ ਹੋਵੇ, ਜਾਂ ਫਿਰ ਕੋਈ ਕੰਸੈਪਟ ਨਾ ਸਮਝ ਵਿੱਚ ਆ ਰਿਹਾ ਹੋਵੇ, ਬੋਰਡ ਹੋਣ ਜਾਂ ਜੇਈ ਨੀਟ, ਪੜ੍ਹਾਈ ਵਿੱਚ ਕੋਈ ਵੀ ਦਿੱਕਤ ਆ ਰਹੀ ਹੈ, ਤਾਂ ਇਹਨਾਂ ਸਾਰਿਆਂ ਦਾ ਸੋਲੂਸ਼ਨ ਹੈ ਫਿਲੋ ਐਪ। ਆਪਣੇ ਡਾਊਟ ਨੂੰ ਕਿਸੇ ਵੀ ਸਮੇਂ ਕਲੀਅਰ ਕਰੋ ਇਹਨਾਂ 3 ਆਸਾਨ ਸਟੈਪਾਂ ਵਿੱਚ। ਸਭ ਤੋਂ ਪਹਿਲਾਂ ਇਸ ਐਪ ਨੂੰ ਪਲੇ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰੋ। ਆਪਣੇ ਫੋਨ ਨੰਬਰ ਤੋਂ ਈਜ਼ੀ ਸਾਈਨ ਅਪ ਕਰੋ, ਆਪਣੇ ਕੁਐਸਚਨ ਦਾ ਫੋਟੋ ਲਵੋ ਜਾਂ ਫਿਰ ਟਾਈਪ ਕਰਕੇ ਇਸ ਨੂੰ ਸਬਮਿਟ ਕਰੋ ਅਤੇ ਫਿਲੋ ਤੁਹਾਨੂੰ 60 ਸਕਿੰਟਾਂ 'ਚ ਇੰਡੀਆ ਦੇ ਟੌਪ ਐਕਸਪਰਟ ਨਾਲ ਲਾਈਵ ਕਾਲ ਤੇ ਕਨੈਕਟ ਕਰ ਦੇਵੇਗਾ। ਆਪਕੇ ਕੁਐਸਚਨ ਮੈਂ ਆਪ ਕਹਿਣਾ ਚਾਹਤੇ ਹੈ ਕਿ ਬਲਬ ਕੀ ਪਾਵਰ ਕਿਤਨੀ ਹੈ? ਅਗਰ ਬਲਬ ਜੋ ਹੈ ਵੋ 220 ਵੋਲਟੇਜ ਪਰ ਆਪਰੇਟ ਹੋ ਰਹਾ ਹੈ, ਰਾਈਟ? ਬੈਟਰੀ ਕਾ ਜੋ ਵੋਲਟੇਜ ਹੈ ਵੋ ਆਪਕੋ ਗਿਵਨ ਹੈ 220। ਤੋ ਯੇ ਆਪਕੋ ਸਿੰਪਲ ਰਿਲੇਸ਼ਨ ਹੋ ਗਿਆ ਯਹਾਂ ਪਰ। ਅਬ ਅਗਰ ਕੋਈ ਆਪਕੋ ਔਰ ਡਾਊਟ ਹੈ ਤੋ ਆਪ ਬਤਾਈਏ। ਨੋ ਸਰ, ਥੈਂਕ। ਸੋ ਤੁਸੀਂ ਦੇਖਿਆ, ਬੜਾ ਹੀ ਆਸਾਨ ਹੈ। ਹੈਵ ਐਨੀ ਕੁਐਸਚਨ, ਜਸਟ ਆਸਕ ਫਿਲੋ। ਇਸ ਐਪ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ, ਸੋ ਡਾਊਨਲੋਡ ਫਿਲੋ ਐਪ ਨਾਓ ਅਤੇ ਨਾਲ ਹੀ ਇਸ ਰੈਫਰਲ ਕੋਡ ਦੇ ਇਸਤੇਮਾਲ ਨਾਲ 10% ਦਾ ਡਿਸਕਾਊਂਟ ਪਾਓ। ਵਿਚ ਆਫ ਦਾ ਫੋਲੋਇੰਗ ਇਜ਼ ਕਾਲਡ ਦ ਲੰਗਸ ਆਫ ਦਾ ਵਰਲਡ। ਸੰਸਾਰ ਦੇ ਫੇਫੜੇ ਕਿਹਨਾਂ ਨੂੰ ਕਿਹਾ ਜਾਂਦਾ ਹੈ? ਇਸ ਆਨਸਰ ਹੈ ਸੀ, ਫੋਰੈਸਟ, ਜੰਗਲਾਂ ਨੂੰ। ਫਿਰ ਹੈ ਨੰਬਰ 5, ਟ੍ਰੀ ਆਰ ਇੰਪੋਰਟੈਂਟ ਫੋਰ, ਇਸ ਚੀਜ਼ ਲਈ ਜ਼ਰੂਰੀ ਹਨ ਦਰਖਤ? ਇਸ ਆਨਸਰ ਹੈ ਸੀ, ਆਕਸੀਜਨ ਲਈ। ਫਿਰ ਅਗਲਾ ਪੈਸੇਜ, ਇਸਦੇ ਵੀ ਤੁਸੀਂ ਸਕਰੀਨਸ਼ਾਟ ਲੈ ਲੈਣਾ ਤੇ ਇਸ ਨੂੰ ਪੜ੍ਹ ਲੈਣਾ, ਅਸੀਂ ਆਨਸਰ ਦੱਸ ਦਿੰਦੇ ਹਾਂ ਤੁਹਾਨੂੰ। ਕੁਐਸਚਨ ਨੰਬਰ 6, ਅਕੋਰਡਿੰਗ ਟੂ ਦਾ ਪੈਸੇਜ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਕੁਆਲਿਟੀ ਆਫ ਟੀ। ਪੈਸੇਜ ਨੂੰ ਪੜ੍ਹਨਾ ਹੈ, ਉਸ ਵਿੱਚ ਕਿਹੜੀ ਇੱਕ ਚਾਹ ਦੀ ਵਿਸ਼ੇਸ਼ਤਾ ਨਹੀਂ ਹੈ? ਸੋ ਇਸਦਾ ਜਵਾਬ ਹੈ ਬੀ, ਅਲਕੋਹਲਿਕ। ਕੁਐਸਚਨ ਨੰਬਰ 7, ਅਕੋਰਡਿੰਗ ਟੂ ਦਾ ਪੈਸੇਜ, ਹਾਊ ਇਜ਼ ਟੀ ਡਿਫਰੈਂਟ ਫਰੋਮ ਅਦਰ ਐਕਸੋਟਿਕ ਡਰਿੰਕਸ? ਬਾਕੀ ਦੇ ਐਕਸੋਟਿਕ ਡਰਿੰਕ ਤੋਂ ਚਾਹ ਕਿਵੇਂ ਵੱਖਰੀ ਹੈ? ਇਸਦਾ ਜਵਾਬ ਹੈ ਸੀ, ਇਟ ਇਜ਼ ਇਨਐਕਸਪੈਂਸਿਵ। ਜਿਹੜੇ ਐਕਸੋਟਿਕ ਡਰਿੰਕ ਹੁੰਦੇ ਨੇ ਉਹ ਮਹਿੰਗੇ ਹੁੰਦੇ ਹਨ, ਸੋ ਇਹ ਸਸਤੀ ਹੈ। ਕੁਐਸਚਨ ਨੰਬਰ 8, ਵਿਚ ਆਫ ਦਾ ਫੋਲੋਇੰਗ ਮੀਨਸ ਦੈਟ ਟੀ ਇਜ਼ ਅ ਡਿਲੀਸ਼ੀਅਸ ਡਰਿੰਕ?
ठीक है जी, डिलीशियस ड्रिंक है चाह, क्योंकि इन्हां चारां विचों दसना है। इसका जवाब है डी, इट हैज अ वैरायटी ऑफ टेस्ट। क्वेश्चन नंबर 9, फॉर हाउ लॉन्ग कैन वन कीप हार्वेस्टिंग ट्री फ्रॉम अ सिंगल टी बुश। एक चाह दे बुश तो असी किन्नी वारी चाह ले सकते हैं या किन्नी वारी वह चाह नूं उगाउंदा है। इसका जवाब है सी, फॉर 15 ईयर, 50 साल तक एक बारी चाह का बूटा लगा के 50 साल तक वह चाह पत्ती दिंदा है। क्वेश्चन नंबर 10, इंडियन टी इज वेरी पॉपुलर विद ट्री ड्रिंकर्स ऑल ओवर द वर्ल्ड बिकॉज। भारत की चाह पूरी दुनिया विच चाह पीण वालियां दे विच मशहूर है क्योंकि। इसका जवाब है बी, इट हैज अ लार्ज वरायटी एंड गुड क्वालिटी। अगला पैसेज ये भी तुसी एक बारी देख लेना, असीं तुहानूं इसदे आंसर दसदे हाँ। क्वेश्चन नंबर 11, होमीज पेरेंट्स टुक हिम टू द डॉक्टर बिकॉज ही। होमी दे माता पिता उसनूं डॉक्टर दे कोल लै गए क्योंकि। इसका जवाब है सी। क्वेश्चन नंबर 12, होमी वॉज मोर इनफॉर्म्ड दैन द अदर बॉय ऑफ हिज एज बिकॉज। होमी नूं अपनी उम्र दे बच्चों नालों ज्यादा जानकारी सी क्योंकि। इसका आंसर है बी, ही वॉज इंट्रोड्यूस टू बुक्स एट द अर्ली एज। उसनूं छोटी उम्र दे विच ही किताबां मिल गई सन। क्वेश्चन नंबर 13, दैट न्यूज थ्रिल्ड हिज पेरेंट्स, वट वॉज द न्यूज। उस खबर ने उसके माता पिता दे विच खुशी भर दिती, वो खबर की सी। इसका आंसर है डी, होमी वॉज एन एक्सेप्शनली टैलेंटेड चाइल्ड। होमी एक हैरानजनक ढंग नाल टैलेंटेड बच्चा सी। अगे क्वेश्चन नंबर 14, विच ऑफ द फॉलोइंग स्ट्रैटेजीज डिड हिज पेरेंट नॉट अडोप्ट। हेठां दिते गई केड़ी स्ट्रैटेजी उसके माता पिता ने नहीं अपनाई। इसका आंसर है बी, टुक हिम टू अ मैनी टीचर्स, वो ज्यादा अध्यापकों को उसनों लेके नहीं गए। अगे 15, विच ऑफ द फॉलोइंग इज नॉट ट्रू अबाउट होमी। हेठां दिते गए विचों केड़ी चीज होमी दे लई सच नहीं है या गलत है, होमी दे बारे गलत है। इसका जवाब है सी, ही क्रिटिसाइज आइंस्टाइन थ्योरी। अगे 16 तो 20, इस विच थानू एक डाटा चार्ट दिता गया है अबाउट द एनिमल्स लेंथ वेट ते फूड हैबिट। ये सारे का सारा तुसी एक बारी वीडियो का स्क्रीनशॉट लेके पढ़ लेना, असीं आंसर दस देने आ थानू। क्वेश्चन नंबर 16, द लार्जेस्ट एनिमल लिविंग इन द प्रेजेंट एंड द पास्ट आर। इसका जवाब है बी, ब्लू वेल्स एंड डायनासोरस। नंबर 17, हाउ डू साइंटिस्ट कैलकुलेट द एज ऑफ अ ब्लू वेल। ब्लू वेल की एज साइंटिस्ट उम्र किदां पता करते हैं। इसका आंसर है डी, काउंटिंग द लेयर ऑफ वैक्स इन द ईयर। उसके कान के उत्ते एक वैक्स जमी होंगी उस तो उदियां परतां तो। क्वेश्चन नंबर 18, वट इज अ ग्रुप ऑफ जिराफ कार्ड। जिराफ दे झुंड नूं की कहिंदे हन। इसका जवाब है सी, टावर। 19, विच ऑफ दी स्पीसीज ऑफ इनफॉर्मेशन आर अरेंज्ड इन अ पर्टिकुलर ऑर्डर इन द टेबल। टेबल दे विच केड़ियां चीजां पर्टिकुलर तरीके दे नाल दसियां गईयां हन। इसका जवाब है बी, हाइट वेट ऑफ द एनिमल। फिर क्वेश्चन नंबर 20, विच ऑफ द फॉलोइंग ईट्स लीव्स इनसैक्ट लिजर्ड फ्रूट एक्सेट्रा। हेठां दित्ते दे विचों केड़ा पत्ते खांदा है, कीड़े मकौड़े खांदा है, छिपकलियां खांदा है ते फल भी खांदा है। सो ऑप्शन ने 4, डायनासोर, ब्लू वेल, ऑस्ट्रिच ते अफ्रीकन एलीफेंट। सो डायनासोर कीड़ पतंगे नहीं खाता क्योंकि बहुत वड्डा सी, कीड़ी पतंगे उले बहुत छोटे सी। ब्लू वेल पानी च हुंदी है, अफ्रीकन एलीफेंट भी नहीं खाता, यह है ऑस्ट्रिच। इसका आंसर है सी। फिर 21 to 25 तक पाई चार्ट दिता गया है ऑनलाइन सेल फॉर रिटेल सैक्टर इन कैनेडा। सो इस दे विचों प्रश्न करते हाँ। 21, द गिवन चार्ट कंपेयर्स ऑनलाइन सेल ऑफ रिटेल सैक्टर इन द ईयर ऑफ। हेठां दिता गया जो उपर दिता गया चार्ट है उस विच केड़े 2 साल दियां रिटेल सेल नूं कंपैरिजन किया गया है यह दसना है। सो इस उपर ही लिखा 2005 to 2010। सो आंसर है बी। फिर अगला क्वेश्चन नंबर 22, द मेजोरिटी ऑफ ऑनलाइन सेल्स इन द ईयर ऑफ 2005 कवर्स। 2005 दे विच सब तो ज्यादा किस चीज की सेल हुई सी, 2005 का चार्ट देखना है। आदि को बी, ब्लू वाला इतने 35% सब तो ज्यादा है। सो 35% है ब्लू, वो है इलेक्ट्रॉनिक्स एंड अपलायंसिस। सो इसका जवाब है सी। फिर क्वेश्चन नंबर
23 in the year of 2010 sale of dash increased by 5%. 2010 ਦੇ ਵਿੱਚ ਇਹਨਾਂ ਵਿੱਚੋਂ ਕਿਹੜੇ ਸੈਕਟਰ ਦੀ 5% ਵਧੀ ਸੀ 2010 ਦੇ ਵਿੱਚੋਂ? ਵੀਡੀਓ ਗੇਮਸ, ਸੋ ਆਨਸਰ ਇਜ਼ ਏ। ਫਿਰ ਕੁਐਸਚਨ ਨੰਬਰ 24 ਇਨ 2010 ਫੂਡ ਐਂਡ ਬੇਵਰੇਜਸ ਆਨਲਾਈਨ ਸੇਲ ਵਾਸ, 2010 ਦੇ ਵਿੱਚ ਫੂਡ ਐਂਡ ਬੇਵਰੇਜ ਦੀ ਸੇਲ ਕਿੰਨੀ ਸੀ? 2010 ਦੇ ਵਿੱਚ ਕਿੰਨੀ ਸੇਲ ਸੀ ਫੂਡ ਐਂਡ ਬੇਵਰੇਜਸ ਦੀ? ਆਹ ਦੇਖੋ ਉੱਪਰ ਔਰੇਂਜ ਕਲਰ ਚ 35%। ਸੋ ਇਸਦਾ ਜਵਾਬ ਹੈ ਡੀ। 25 ਨੰਬਰ, ਵਿਚ ਆਈਟਮਸ ਆਨਲਾਈਨ ਸੇਲ ਹੈਜ਼ ਫਾਲ ਡਾਊਨ ਬਾਈ 10% ਇਨ 2010। 2010 ਦੇ ਵਿੱਚ ਕਿਹੜੀ ਸੈਕਟਰ ਦੀ ਸੇਲ 10% ਡਿੱਗੀ ਹੈ? ਸੋ ਇਸਦਾ ਜਵਾਬ ਹੈ ਹੋਮ ਐਂਡ ਫਰਨੀਚਰਸ, ਯਾਨੀ ਕਿ ਸੀ। ਸੋ ਅੱਗੇ ਪੋਇਮ ਹੈ, ਪੋਇਮ ਦੇ ਵਿੱਚੋਂ ਕਰਨੇ ਹਨ 26 ਤੋਂ ਲੈ ਕੇ 30 ਤੱਕ। ਵਟ ਡੂ ਦਾ ਵੀਵਰਸ ਵੀਵ ਇਨ ਦਾ ਅਰਲੀ ਮਾਰਨਿੰਗ? ਵੀਵਰ ਜਲਾਹਾ ਕਿਸ ਚੀਜ਼ ਨੂੰ ਬੁਣ ਰਿਹਾ ਸੀ ਸਵੇਰੇ ਅਰਲੀ ਇਨ ਦਾ ਮਾਰਨਿੰਗ ਚ? 26 ਨੰਬਰ, ਇਸਦਾ ਜਵਾਬ ਹੈ ਏ, ਅ ਬ੍ਰਾਈਟ ਬਲੂ ਕਲੋਥ, ਨੀਲੇ ਰੰਗ ਦਾ ਕੱਪੜਾ। ਫਿਰ 27, ਦ ਡੈਸ਼ ਇਜ ਪਰਪਲ ਐਂਡ ਗ੍ਰੀਨ ਕਲਰਡ, ਇਸਦਾ ਜਵਾਬ ਹੈ ਸੀ, ਦ ਕੁਈਨਸ ਮੈਰਿਜ ਵੀਲ। ਫਿਰ 28, ਹੂਮ ਡਸ ਦ ਪੋਇਟ ਐਡਰੈਸ ਇਨ ਦਾ ਪੋਇਮ, ਇਸਦਾ ਜਵਾਬ ਹੈ ਏ, ਵੀਵਰਸ, ਇਸ ਬਾਰੇ ਹੈ ਪੋਇਮ ਇਹ। ਕੁਸ਼ਚਨ ਨੰਬਰ 29, ਵਟ ਡੂ ਵੀਵਰਸ ਵੀਵਸ ਇਨ ਦਾ ਚਿਲੀ ਮੂਨ ਲਾਈਟ? 29, ਇਸਦਾ ਜਵਾਬ ਹੈ ਬੀ, ਅ ਗਾਰਮੈਂਟ ਮੇਡ ਟੂ ਕਵਰ ਅ ਡੈਡ ਮੈਨ। ਫਿਰ ਹੈ ਕੁਸ਼ਚਨ ਨੰਬਰ 30, ਦ ਥ੍ਰੀ ਸਟੇਜਿਸ ਆਫ ਲਾਈਫ ਮੈਂਸ਼ਨਡ ਇਨ ਦਾ ਪੋਇਮਸ ਆਰ, ਆਨਸਰ ਹੈ ਬੀ, ਇਨਫੈਂਸੀ, ਯੂਥ ਐਂਡ ਡੈਥ। ਫਿਰ ਹੈ 31 ਤੋਂ 35 ਤੱਕ ਇਹ ਬਾਰਗ੍ਰਾਫ ਦਿੱਤਾ ਗਿਆ ਹੈ, ਠੀਕ ਹੈ ਜੀ। ਇਸ ਵਿੱਚ ਦ ਪਰਸੈਂਟੇਜ ਆਫ ਕਾਲਜ ਸਟੂਡੈਂਟ ਸਟੱਡਿੰਗ ਡਿਫਰੈਂਟ ਸਬਜੈਕਟ ਇਨ ਦਾ ਡਿਫਰੈਂਟ ਈਅਰ, ਸੋ ਇਸ ਵਿੱਚ ਸਾਇੰਸ, ਮੈਥ, ਲੈਂਗੁਏਜ, ਕੰਪਿਊਟਰ ਸਾਇੰਸ, ਹਿਸਟਰੀ ਦੇ ਬਾਰਗ੍ਰਾਫ ਦਿੱਤੇ ਗਏ ਹਨ। 2004-5 ਦਾ ਬਲੂ ਰੰਗ ਦਾ ਹੈ, 2005-6 ਦਾ ਬਰਾਊਨ ਦਾ ਹੈ, ਤੇ 2006-7 ਦਾ ਗ੍ਰੀਨ ਕਲਰ ਦਾ ਹੈ। ਸੋ ਉਸ ਵਿੱਚ ਪ੍ਰਸ਼ਨ ਪੜ੍ਹਦੇ ਹਾਂ, ਇਨ ਵਿਚ ਟੂ ਸਬਜੈਕਟ ਦਾ ਨੰਬਰ ਆਫ ਦਾ ਸਟੂਡੈਂਟ ਵਾਸ ਦਾ ਸੇਮ ਇਨ 2004-5 ਐਂਡ 2006-7। ਹੇਠਾਂ ਦਿੱਤੇ ਗਏ ਦੇ ਵਿੱਚੋਂ ਕਿਹੜੇ, ਇਨ ਵਿਚ ਟੂ ਸਬਜੈਕਟ, ਕਿਹੜੇ ਦੋ ਸਬਜੈਕਟਾਂ ਦੇ ਵਿੱਚ ਨੰਬਰ ਆਫ ਸਟੂਡੈਂਟ ਵਾਸ ਦਾ ਸੇਮ, ਵਿਦਿਆਰਥੀਆਂ ਦੀ ਗਿਣਤੀ ਇੱਕੋ ਜਿਹੀ ਸੀ 2004-5 ਦੇ ਵਿੱਚ ਵੀ ਤੇ 2006-7 ਦੇ ਵਿੱਚ ਵੀ, ਠੀਕ ਹੈ ਜੀ? ਉੱਪਰ ਤੁਸੀਂ ਪੜ੍ਹਨਾ ਹੈ ਚਾਰਟ ਦੇ ਵਿੱਚ। ਇਸਦਾ ਜਵਾਬ ਹੈ ਏ, ਲੈਂਗੁਏਜ ਐਂਡ ਕੰਪਿਊਟਰ ਸਾਇੰਸ। ਤੁਸੀਂ ਇੱਥੇ ਦੇਖ ਸਕਦੇ ਹੋ ਲੈਂਗੁਏਜ ਦੇ ਵਿੱਚ ਬਲੂ ਕਲਰ ਦਾ ਦੇਖਣਾ ਹੈ ਤੁਸੀਂ, ਤੇ ਫਿਰ ਕੰਪਿਊਟਰ ਸਾਇੰਸ ਦੇ ਵਿੱਚ ਗ੍ਰੀਨ ਕਲਰ ਦਾ, ਦੋਨੇ ਸੇਮ ਹਨ, 60 ਸਟੂਡੈਂਟਸ ਹਨ। ਫਿਰ ਅੱਗੇ ਹੈ ਇਨ ਵਿਚ ਈਅਰ, ਕੁਸ਼ਚਨ ਨੰਬਰ 32, ਇਨ ਵਿਚ ਈਅਰ ਦਾ ਨੰਬਰ ਆਫ ਸਾਇੰਸ ਸਟੂਡੈਂਟ ਵਾਜ਼ ਦਾ ਹਾਈਐਸਟ, ਕਿਹੜੇ ਸਾਲ ਦੇ ਵਿੱਚ ਸਾਇੰਸ ਦੇ ਸਟੂਡੈਂਟ ਸਭ ਤੋਂ ਜ਼ਿਆਦਾ ਸਨ? ਸੋ ਇਸਦਾ ਜਵਾਬ ਹੈ ਏ, 2005-6 ਚ। ਫਿਰ ਹੈ ਕੁਸ਼ਚਨ ਨੰਬਰ 33, ਵਟ ਇਜ਼ ਅ ਡਿਫਰੈਂਸ ਬਿਟਵੀਨ ਦਾ ਸਟੂਡੈਂਟ ਆਫ ਲੈਂਗੁਏਜ ਇਨ 2004-5 ਐਂਡ 2006-7। 2004-5 ਅਤੇ 2006-7 ਦੇ ਵਿੱਚ ਦਾ ਜਿਹੜਾ ਫਰਕ ਸੀ ਵਿਦਿਆਰਥੀਆਂ ਦਾ ਲੈਂਗੁਏਜ ਸਬਜੈਕਟ ਦੇ ਵਿੱਚ ਕਿੰਨਾ ਸੀ, ਇਹ ਪਤਾ ਕਰਨਾ ਹੈ। ਇਸਦਾ ਜਵਾਬ ਹੈ 15, ਯਾਨੀ ਕਿ ਸੀ। ਫਿਰ ਹੈ ਕੁਸ਼ਚਨ ਨੰਬਰ 34, ਵਟ ਇਜ਼ ਦਾ ਟੋਟਲ ਨੰਬਰ ਆਫ ਸਟੂਡੈਂਟ ਸਟੱਡਿੰਗ ਹਿਸਟਰੀ ਇਨ ਡਿਫਰੈਂਟ ਈਅਰਸ, ਵੱਖਰੇ ਵੱਖਰੇ ਸਾਲਾਂ ਦੇ ਵਿੱਚ ਕੁੱਲ ਕਿੰਨੇ ਸਟੂਡੈਂਟ ਹਿਸਟਰੀ ਪੜ੍ਹ ਰਹੇ ਸਨ? ਸੋ ਆਨਸਰ ਇਜ਼ ਸੀ, 100, ਯਾਨੀ ਕਿ 100 ਵਿਦਿਆਰਥੀ ਪੜ੍ਹ ਰਹੇ ਸਨ। ਕੁਸ਼ਚਨ ਨੰਬਰ 35, ਵਟ ਇਜ਼ ਦਾ ਟੋਟਲ ਨੰਬਰ ਆਫ ਸਟੂਡੈਂਟ ਸਟੱਡਿੰਗ ਡਿਫਰੈਂਟ ਸਬਜੈਕਟ ਇਨ 2006-7, 2006-7 ਦੇ ਵਿੱਚ ਕੁੱਲ ਕਿੰਨੇ ਵਿਦਿਆਰਥੀ ਪੜ੍ਹ ਰਹੇ ਸੀ 2006-7 ਦਾ? ਹੁਣ ਸਾਰੇ ਚਾਰਟ ਦੇ ਵਿੱਚੋਂ ਕੱਢਣਾ ਹੈ ਸਾਰੇ ਸਬਜੈਕਟਾਂ ਚੋਂ, ਠੀਕ ਹੈ ਜੀ? ਆਨਸਰ ਇਜ਼ ਸੀ। ਠੀਕ ਹੈ ਦੋਸਤੋ, ਇਸ ਤਰ੍ਹਾਂ ਦੋਸਤੋ ਪੈਟਰਨ ਆਏਗਾ ਪੇਪਰਾਂ ਦਾ, ਤਾਂ ਤੁਹਾਨੂੰ ਇਸ ਤਰ੍ਹਾਂ ਇਹਨਾਂ ਨੂੰ ਹੱਲ ਕਰਨਾ ਹੈ। ਉੱਪਰ ਪੈਸੇਜ ਹਨ, ਠੀਕ ਹੈ ਜੀ, ਇੱਕ ਵਾਰੀ ਫਿਰ ਦੱਸ ਦਿੰਦੇ ਹਾਂ, ਉਸ ਤੋਂ ਬਾਅਦ ਤੁਹਾਨੂੰ ਡਾਟਾ ਚਾੜ ਦਿੱਤਾ ਜਾਏਗਾ ਇਸ ਤਰ੍ਹਾਂ ਕੁਛ, ਉਸ ਤੋਂ ਬਾਅਦ ਫਿਰ ਤੁਹਾਨੂੰ ਪਾਈ ਚਾਰਟ ਆਏਗਾ, ਤੇ ਫਿਰ ਇੱਕ ਪੋਇਮ ਆਏਗੀ, ਤਾਂ ਅੰਤ ਦੇ ਵਿੱਚੋਂ ਤੁਹਾਨੂੰ ਬਾਰ ਗ੍ਰਾਫ ਦਿੱਤਾ ਗਿਆ ਹੈ ਜੋ ਤੁਹਾਨੂੰ ਹੁਣੇ ਸੋਲਵ ਕਰਕੇ ਦੱਸਿਆ ਹੈ। ਤੁਸੀਂ ਇਸ ਤਰੀਕੇ ਨਾਲ ਪੇਪਰ ਨੂੰ ਆਸਾਨੀ ਨਾਲ ਸੋਲਵ ਕਰ ਸਕਦੇ ਹੋ। ਸੋ ਕੁੱਲ 35 ਨੰਬਰਾਂ ਦਾ ਤੇ 35 ਪ੍ਰਸ਼ਨ ਹੋਣਗੇ। ਉਮੀਦ ਹੈ ਦੋਸਤੋ ਆਪ ਸਭ ਨੂੰ ਇਸ ਪੇਪਰ ਦਾ ਪੈਟਰਨ ਤੇ ਪ੍ਰਸ਼ਨਾਂ ਦੇ ਹੱਲ ਮਿਲ ਗਏ ਹੋਣਗੇ। ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ, ਜੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਵੀ ਜ਼ਰੂਰ ਕਰਨਾ। ਦੋਸਤੋ ਅਜੇ ਤੱਕ ਲਈ ਇੰਨਾ ਹੀ, ਜਲਦੀ ਹੀ ਜੇ ਕੋਈ ਨਵਾਂ ਪੇਪਰ ਆਉਂਦਾ ਹੈ ਉਸ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਧੰਨਵਾਦ।